ਵਾਤਾਵਰਨ, ਹਵਾ, ਪਾਣੀ, ਧਰਤੀ, ਇਹ ਸਾਡੇ ਵਾਸਤੇ ਨਹੀਂ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ। ਪਾਣੀ ਨੂੰ ਬਚਾਉਣਾ, ਹਵਾ ਨੂੰ ਬਚਾਉਣਾ, ਇਹ ਭਵਿੱਖ ਨੂੰ ਬਚਾਉਣਾ। ਅਸੀਂ ਪੈਸਾ ਤਾਂ ਭਾਵੇਂ ਇਕੱਠਾ ਕਰ ਰਹੇ ਹਾਂ, ਪਰ ਅਸੀਂ ਹਵਾ ਪਾਣੀ ਨੂੰ ਜੋ ਪ੍ਰਦੂਸ਼ਿਤ ਕਰ ਰਹੇ ਹਾਂ, ਜਾਂ ਇਹਨਾਂ ਨੂੰ ਧਰਤੀ ਥੱਲੋਂ ਇੰਨੀ ਦੂਰ ਤੱਕ ਕੱਢ ਰਹੇ ਹਾਂ, ਜਾਂ ਇਹਦੇ ਵਿੱਚ ਗੰਦੇ ਪਾਣੀ ਪਾ ਕੇ, ਮੈਲਾਂ ਪਾ ਕੇ, ਜ਼ਹਿਰਾਂ ਪਾ ਕੇ, ਇੰਡਸਟਰੀਅਲ ਵੇਸਟ 'ਚ ਪਾ ਕੇ ਪ੍ਰਦੂਸ਼ਿਤ ਕਰ ਰਹੇ ਹਾਂ, ਇਹ ਬਹੁਤ ਵੱਡਾ ਅਨਿਆਂ ਕਰ ਰਹੇ ਹਾਂ, ਧੱਕਾ ਕਰ ਰਹੇ ਹਾਂ, ਧੋਖਾ ਕਰ ਰਹੇ ਹਾਂ, ਆਪਣੇ ਆਪ ਦੇ ਨਾਲ ਧੋਖਾ ਕਰ ਰਹੇ ਹਾਂ, ਪਾਇਆ ਜਾ ਰਿਹਾ, ਜਿਹੜਾ ਸਾਡੇ ਵਾਸਤੇ ਵੀ ਪੀਣ ਵਾਲੇ ਪਾਣੀ ਨੂੰ ਇਸੇ ਨਾਲ ਪ੍ਰਦੂਸ਼ਿਤ ਕਰਕੇ, ਖਾਸ ਕਰਕੇ ਜਿਹੜੀਆਂ ਸਾਡੀਆਂ ਪਵਿੱਤਰ ਨਦੀਆਂ, ਜਿਹਨਾਂ ਦਾ ਅੰਮ੍ਰਿਤ ਵਰਗਾ ਜਲ, ਜੀਵਨ ਦੇਣ ਵਾਲਾ ਪਾਣੀ, ਅੱਜ ਇਹ ਇੰਡਸਟਰੀਅਲ ਅਤੇ ਮਨੁੱਖਾਂ ਵਿੱਚ ਪੈਣ ਦੇ ਨਾਲ ਇਹ ਮੌਤ ਵੰਡ ਰਿਹਾ, ਬਿਮਾਰੀਆਂ ਵੰਡ ਰਿਹਾ। ਸਾਨੂੰ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ, ਪਰ ਅਸੀਂ ਉਸ ਪਾਣੀ ਦੇ ਵਿੱਚ ਜਾਣਾ ਪੈਂਦਾ। ਇਸੇ ਤਰ੍ਹਾਂ ਹੀ ਜਿਸ ਹਵਾ ਨੂੰ ਸਮਨ ਕਰਕੇ, ਜਗ ਕਰਕੇ ਅਸੀਂ ਪਵਿੱਤਰ ਕਰਦੇ ਹਾਂ, ਸਨਮਾਨ ਦਿੰਦੇ ਹਾਂ, ਮਾਤਾ ਕਹਿੰਦੇ ਹਾਂ, ਉੱਥੇ ਅਸੀਂ ਇਹਨੂੰ ਕੈਮੀਕਲ ਦੇ ਜ਼ਹਿਰਾਂ ਦੇ ਨਾਲ ਸਜਾ। ਸੋ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਧਰਤੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਸੋ ਜਿਸ ਗੁਰੂ ਨੇ ਸਾਡੇ ਚਰਚੇ ਹੱਥ ਰੱਖਣਾ, ਜਿਸ ਪਿਤਾ ਨੇ ਸਾਨੂੰ ਸੀਸਾਂ ਦੇਣੀਆਂ, ਜਿਸ ਮਾਂ ਨੇ ਸਾਨੂੰ ਸੀਸਾਂ ਦੇਣੀਆਂ, ਉਹਦਾ ਅਸੀਂ ਹਿੱਕ ਸਾਥ ਲੈ। ਸੋ ਗੁਰੂ ਤੋਂ ਬੇਮੁੱਖ ਹੋ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ। ਸੋ ਆਪਾਂ ਗੁਰੂ ਦੇ ਮਾਰਗ 'ਤੇ ਚੱਲੀਏ। 550 ਸਾਲਾਂ ਦਿਹਾੜਾ ਆ ਰਿਹਾ, ਜਿਉਣ ਦਾ ਹੱਕ ਕੋਈ ਨਹੀਂ ਖੋ ਸਕਦਾ। ਸੋ ਅਸੀਂ ਜਿਵੇਂ ਇਹਨਾਂ ਨੂੰ ਜ਼ਹਿਰਾਂ ਨੂੰ ਪ੍ਰਵਾਨ ਕੀਤਾ, ਜ਼ਹਿਰਾਂ ਨੂੰ ਅਸੀਂ ਅੰਮ੍ਰਿਤ ਸਮਝ ਕੇ ਪੀ ਜਾ ਰਹੇ ਹਾਂ, ਜਾਂ ਉਹਦਾ ਖਮਿਆਜ਼ਾ ਭੁਗਤ ਰਹੇ ਹਾਂ, ਅਸੀਂ ਸਾਰੇ ਇਕੱਠੇ ਹੋਈਏ। ਇਹ ਜੋ ਕੁਛ ਨਿਆ ਧੱਕਾ ਹੋ ਰਿਹਾ, ਜਿਹੜਾ ਜਲਚਰ ਜੀਵ ਮਰ ਚੁੱਕੇ ਆ, ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਇਹ ਜਿਹੜੀਆਂ ਜ਼ਹਿਰਾਂ ਬੜੀਆਂ ਘਾਤਕ ਆ, ਅਸੀਂ ਆਪ ਹੀ ਇਹਨਾਂ ਨੂੰ ਗੰਦਾ ਕੀਤਾ। ਜੇ ਅੰਮ੍ਰਿਤ ਵਰਗਾ ਗੋਬਿੰਦ ਸਾਗਰ ਝੀਲ ਦਾ ਪਾਣੀ ਪੰਜਾਬ ਦੇ ਵਿੱਚ ਆਵੇ, ਰਾਜਸਥਾਨ ਤੱਕ ਪਹੁੰਚੇ, ਤੇ ਇਹ ਤੰਦਰੁਸਤੀ ਬਣ ਸਕਦਾ। ਪਰ ਅਫਸੋਸ ਆ ਕਿ ਰਾਜ ਹੀ ਅਸੀਂ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਤੇ ਇਹਨਾਂ ਦੇ ਖਿਲਾਫ਼ ਆਵਾਜ਼ ਵੀ ਉਠਾਈਏ।